चैनल वाले है इन्होंने मैं देखा तड़के के जी आह पत्थर लाउन लग गए जी, क्रेना खड़िया करतिया जी, फौज लग रही है जी। इस तरह दवाह इस तरह दबराहट वाली गल ना करो। सीधा सीधा नौ का बंदा लिख के पा रहा है के जी है लै हाँ वीडियो पा रहा बना के फौज ने जी दिल्ली घेर ली जी, ये हो गया वो हो गया, घेर ली घेर ली यार। जिहड़े नौजवान आना चाहुंदे आ उहनां दीआं मामां कहिंदीआं ना पुत फौज दिल्ली कोई दिल्ली आ बैठे दिल्ली च कहिड़ी दिल्ली घेरी इत्थे। दुनिया दे विच पंजाब कोल छोटीआं गल्लां हुंदीआं ने, अज दुनिया च इत्थे दिल्ली दे लोक मिलदे आ, हरियाणे दे लोक मिलदे आ, कहिंदे भाई सुणदे हुंदे सी कदे पंजाबीआं बारे, अज अखी देख लिआ। हांजी दो तीन बहुत जरूरी ते अहम गल्लां ने ते मैं मेरे भरावां नूं कहिंदा जिन्ने भी मोर्चे दे विच डटे होए ने चाहे टिगरी बार्डर ते ने चाहे इत्थे कुंडली बार्डर ते ने चाहे गाजियाबाद वाले पासे आ, सारिआं नूं अपील करदे आ कि एक तां मैं चैनल सब तो पहला मैं जिहड़े चैनल वाले आ इन्हां दा मैं देखिआ तड़के के जी आह पत्थर लाउण लग गए जी, क्रेना खड़ियां करतिआं जी, फौज लग रही है जी। इस तरह दीआं अफवाह इस तरह दीआं जिहड़ीआं घबराहट वालीआं गल्लां उह ना करो। एक वीर दा दस्सिआ वीर ने कि किसी ने फौज ने जी दिल्ली घेर ली जी, ये हो गया वो हो गया, घेर ली घेर ली यार। गल इत्थे खड़दी आ कि क्यों तुसीं एवें कच्चियां गल्लां करके लोकां दे विच गल्लां फैला रहे हो पंजाब दे विचों। पर जिहड़े नौजवान आना चाहुंदे आ उहनां दीआं मामां कहिंदीआं ना पुत फौज दिल्ली कोई दिल्ली आ बैठे दिल्ली च ਕਿਹੜੀ ਦਿੱਲੀ ਘੇਰੀ ਇੱਥੇ ਆ ਦੱਸੋ ਬਾਈ ਘੇਰੀ ਆ ਦਿੱਲੀ ਦੱਸੋ ਘੇਰੀ ਆ ਦਿੱਲੀ ਦਾ ਆਪਾਂ ਘੇਰੀ ਕੋਈ ਕੋਈ ਇੱਥੇ ਸਹੀ ਮਾਹੌਲ ਹੈ ਨਾ ਦਿੱਲੀ ਦਾ ਆਪਾਂ ਘੇਰੀ ਹੋਈ ਆ ਯਾਰ ਠੀਕ ਨਹੀਂ ਦਿੱਲੀ ਆਪਾਂ ਘੇਰੀ ਹੋਈ ਆ। ਦੂਜੀ ਗੱਲ ਬਹੁਤ ਵੱਡਾ ਦਬਾਅ ਹੈ ਇਸ ਸਮੇਂ ਅੰਤਰਰਾਸ਼ਟਰੀ ਪੱਧਰ ਦਾ ਦਬਾਅ ਹੈ ਸਰਕਾਰਾਂ ਦੇ ਵਿੱਚ ਨਾ ਬੋਲੋ ਯਾਰ ਇਧਰ ਗੱਲ ਕਰ ਅੰਤਰਰਾਸ਼ਟਰੀ ਪੱਧਰ ਦਾ ਦਬਾਅ ਹੈ ਇਸ ਸਮੇਂ ਸਰਕਾਰ ਦੇ ਉੱਤੇ ਮਾੜੀ ਮੋਟੀ ਗੱਲ ਨਹੀਂ ਤੁਸੀਂ ਐਂ ਜਮਾ ਪੂਰਾ ਕਿਲ ਠੋਕਿਆ ਹੋਇਆ ਇੱਥੇ ਆ ਕੇ ਐਵੇਂ ਕਹੀ ਜਾਣਾ ਆਹ ਹੋ ਗਿਆ ਜੀ ਉਹ ਇਹ ਚੈਨਲ ਵਾਲੇ ਆ ਉਹ ਖਬਰ ਚਲਾਉਣ ਦੇ ਮਾਰੇ ਉੱਤੇ ਕੁਛ ਹੋਰ ਹੀ ਲਿਖ ਦਿੰਦੇ ਆ ਵੀ ਲੋਕ ਵੱਧ ਦੇਖਣ ਕੀ ਹੋ ਗਿਆ। ਜਿਵੇਂ ਕੱਲ੍ਹ ਇੱਕ ਚੈਨਲ ਦਾ ਲਿਖਿਆ ਪਿਆ ਸੀਗਾ ਮੀਟਿੰਗ ਤੇ ਮੋਦੀ ਤੇ ਸ਼ਾਹ ਨਹੀਂ ਮੰਨ ਰਹੇ, ਗੱਲ ਕੀ ਹੋ ਰਹੀ ਹੈ? ਮੀਟਿੰਗ ਚੱਲ ਰਹੀ ਹੈ ਖੇਤੀ ਮੰਤਰੀ ਦੇ ਨਾਲ, ਕਿੱਧਰੇ ਚੈਨਲ ਠੋਕੀ ਜਾਂਦਾ ਕਿ ਮੋਦੀ ਤੇ ਅਮਿਤ ਸ਼ਾਹ ਨਹੀਂ ਮੰਨ ਰਹੇ, ਕਿਹੜੇ ਨਾ ਮੋਦੀ ਤੇ ਅਮਿਤ ਸ਼ਾਹ ਆਏ ਆ ਨਾ ਉਹਨਾਂ ਨਾਲ ਵੀ ਬਿਆਨ ਆ ਯਾਰ। ਇਹੋ ਜਿਹੀਆਂ ਕਾਰਵਾਈਆਂ ਮੇਰਾ ਵੀਰ ਨਾਲ ਖੜੋ, ਹੌਸਲਾ ਦਿਓ, ਕੋਈ ਤੁਹਾਡੇ ਆਲੇ ਦੁਆਲੇ ਵੈਸੇ ਪੁਲਿਸ ਦੀਆਂ ਗੱਡੀਆਂ ਕਿਹੜਾ ਮਾਰਦੀਆਂ ਨੇ ਮਾਰ ਦਿੰਦੇ ਕੋਈ ਗੱਲ ਨਹੀਂ, ਇਹ ਇਹ ਸਰਕਾਰਾਂ ਦੇ ਟੈਕਟ ਹੁੰਦੇ ਨੇ, ਸਰਕਾਰਾਂ ਦੇ ਢੰਗ ਹੁੰਦੇ ਨੇ। ਹਿੱਲ ਚੁੱਲ ਪੈਦਾ ਕਰੋ, ਡਰ ਪੈਦਾ ਕਰੋ, ਸਹਿਮ ਪੈਦਾ ਕਰੋ ਵੀ ਆਪ ਹੀ ਇਹਨਾਂ ਦੇ ਨਾ ਆਪ ਹੀ ਬੰਦੇ ਤੁਹਾਨੂੰ ਹੋਰ ਦੱਸ ਦੇਣਾ, ਇਹਨਾਂ ਦੇ ਆਪ ਦੇ ਬੰਦੇ ਅਫਵਾਹ ਫੈਲਾਉਣਗੇ ਬਾਈ ਨਿਗਾਹ ਰੱਖਿਓ, ਰਾਤ ਨੂੰ ਕਾਰਵਾਈ ਹੋ ਸਕਦੀ ਹੈ, ਗੜਬੜ ਹੋ ਸਕਦੀ, ਡੱਕਾ ਨਹੀਂ ਯਾਰ ਹੁੰਦੀ ਤਾਂ ਪਰ ਹੋਣ ਦੇ ਯਾਰ। ਹਾਂ ਅਸੀਂ ਤਾਂ ਹੁਣ ਇੱਥੇ ਮਰ ਕੇ ਆਏ ਹੋਏ ਹਾਂ, ਅਸੀਂ ਜੇ ਵਾਪਸ ਬਣਾਂਗੇ ਅਸੀਂ ਤਾਂ ਵੀ ਮਰ ਗਏ, ਸਾਡੇ ਜ਼ਮੀਨਾਂ ਦੂਰ ਆ, ਸਾਡੇ ਘਰ ਵੀ ਦੱਬਣਗੇ ਫਿਰ ਆ ਕੇ ਇਹ। ਆਹ ਮੇਰਾ ਵੀਰ ਖਾਸ ਖਿਆਲ ਕਰਕੇ ਚੈਨਲਾਂ 'ਚ ਜਿਹੜੇ ਇਹੋ ਜਿਹਾ ਜਿਹੜੇ ਇਹੋ ਜਿਹੀ ਖਬਰ ਲਿਖਦੇ ਆ ਉੱਤੇ ਗਲਤ ਆ ਉਹਨੂੰ ਥੱਲੇ ਖੰਡ ਪਾਇਆ ਕਰੋ, ਤਾਂ ਕਿ ਇਹੋ ਜਿਹਾ ਹੈਡਿੰਗ ਹੂਡਿੰਗ ਜਿਹੜਾ ਤਾਂ ਲਾਉਂਦੇ ਆ ਸੁਰਖੀ 'ਚੋਂ ਨਾ ਲਾਉਣ ਦੁਬਾਰੇ ਉਹਨਾਂ ਨੇ ਵੈਸੇ ਕਰਦੇ ਵੀ ਤੁਸੀਂ ਬਹੁਤ ਵਧੀਆ ਸਾਥ ਦਿੱਤਾ, ਹੁਣ ਤੱਕ ਚੰਗਾ ਸਾਥ ਤੁਸੀਂ ਨਿਭਾਇਆ ਜਿਹੜਾ ਪੰਜਾਬ ਦਾ ਮੀਡੀਆ, ਪਰ ਇਹੋ ਜਿਹੀ ਗੱਲ ਨਾ ਲਿਖੋ ਸਿਰਫ ਇਹ ਗੱਲ ਚਲਾਉਣ ਦੇ ਮਾਰੇ ਵੀ ਸਾਡਾ ਵੱਧ ਦੇਖਣਗੇ ਲੋਕ, ਕਿਉਂਕਿ ਜੰਗ ਹੈ ਇਹ, ਇਹ ਵੱਧ ਦੇਖਣਗੇ ਘੱਟ ਦੇਖਣਗੇ ਗੱਲਾਂ ਮੈਨੇ ਨਹੀਂ ਰੱਖਦੀਆਂ। ਇੱਥੇ ਜੰਗ ਜਿੱਤਣ ਆਏ ਆ, ਯੁੱਧ ਜਿੱਤਣ ਆਏ ਆ, ਮੋਰਚਾ ਫਤਿਹ ਕਰਨ ਆਏ ਆ, ਤਾਂ ਇਸ ਕਰਕੇ ਇੱਕ ਤਾਂ ਇਹ ਗੱਲ ਦਾ ਖਿਆਲ ਰੱਖਣਾ। ਕੋਈ ਗੱਲ ਨਹੀਂ, ਹਰ ਬੰਦਾ ਇੱਥੇ ਮੈਂ ਬਾਈ ਨਾਲ ਗੱਲ ਕਰਦਾ ਸੀਗਾ, ਮੈਂ ਕਿਹਾ ਬਾਈ ਗੱਲ ਸੁਣ ਲੈ ਇੱਕ, ਜੇ ਆਪਣਾ ਇਹ ਲਿਖਿਆ ਕਿਸਮਤ ਦੇ ਵਿੱਚ ਤਕਦੀਰ ਦੇ ਵਿੱਚ ਕਿ ਗੋਲੀ ਨਾਲ ਹੀ ਮਰਨ ਦਾ, ਆਪਾਂ ਗੋਲੀ ਨਹੀਂ ਮਰਾਂਗੇ, ਆਪਾਂ ਐਕਸੀਡੈਂਟਾਂ ਵੀ ਮਰ ਜਾਂਦੇ ਹਾਂ, ਬੰਦੇ ਸੁੱਤੇ ਪਏ ਨੂੰ ਅਟੈਕ ਹੋ ਜਾਂਦਾ ਬੰਦਾ ਉਹ ਵੀ ਮਰ ਜਾਂਦਾ, ਬੰਦਾ ਯਾਤਰਾ ਦੇ ਕੇ ਆਇਆ ਹੁੰਦਾ ਕਿਸੇ ਤੀਰਥ ਸਥਾਨ ਦੇ ਉੱਤੇ ਉੱਥੇ ਪਾਣੀਆਂ 'ਚ ਰੁੜ ਕੇ ਵੀ ਮਰ ਜਾਂਦੇ ਨੇ ਲੋਕ। ਸੋ ਇਹ ਗੱਲਾਂ ਇਹੋ ਜਿਹੀਆਂ ਜਿਹੜੀਆਂ ਨੈਗਟਿਵਿਟੀ ਵਾਲੀਆਂ ਗੱਲਾਂ ਨੇ, ਨਾ ਪੱਖੀ ਜਿਹੜੀ ਸੋਚ ਆ ਇਹਨੂੰ ਨਾ ਫੈਲਾਓ, ਜਿੱਤਣਾ ਆ ਹਮੇਸ਼ਾ ਬੁਲੰਦ ਹੌਂਸਲੇ ਚਾਹੀਦੇ, ਇੱਕੋ ਹੀ ਚਾਹੀਦਾ ਹਰ ਪੰਜਾਬੀ ਦੀ, ਹਰ ਹਰਿਆਣੇ ਵਾਲੇ ਦੀ, ਹਰ ਇਸ ਭਾਰਤ ਵਾਸੀ ਦੀ ਇੱਕੋ ਹੀ ਆਵਾਜ਼ ਚਾਹੀਦੀ ਹੈ ਕਿ ਇੱਥੋਂ ਜਿੱਤ ਕੇ ਜਾਵਾਂਗੇ। ਦੁਨੀਆਂ ਦੇ ਵਿੱਚ ਪੰਜਾਬ ਕੋਲ ਛੋਟੀਆਂ ਗੱਲਾਂ ਹੁੰਦੀਆਂ ਨੇ, ਅੱਜ ਦੁਨੀਆਂ 'ਚ ਇੱਥੇ ਦਿੱਲੀ ਦੇ ਲੋਕ ਮਿਲਦੇ ਆ, ਹਰਿਆਣੇ ਦੇ ਲੋਕ ਮਿਲਦੇ ਆ, ਕਹਿੰਦੇ ਬਾਈ ਸੁਣਦੇ ਹੁੰਦੇ ਸੀ ਕਦੇ ਪੰਜਾਬੀਆਂ ਬਾਰੇ,
ਅੱਜ ਅੱਖੀਂ ਦੇਖ ਲਿਆ ਬਈ ਉਹਨੇ ਕਿਹਾ ਤਾਂ ਸੀਗਾ ਜਿਹੜਾ ਆਪਾਂ ਨੂੰ ਆਟੋ ਤੇ ਲੈ ਕੇ ਗਿਆ ਸੀ ਕੀ ਕਿਹਾ ਸੀ ਉਹਨੇ ਇਤਿਹਾਸ ਕਹਿੰਦਾ ਮੈਂ ਇਤਿਹਾਸ ਪੜਿਆ ਤੁਹਾਡਾ ਕਹਿੰਦਾ ਮੈਂ ਪੜਿਆ ਸੀ ਕਿਤਾਬਾਂ 'ਚ ਪਰ ਅੱਜ ਕਹਿੰਦਾ ਆਹ ਪ੍ਰਤੱਖ ਨਜ਼ਰ ਆਉਂਦਾ ਇੱਥੇ ਆਹ ਬੈਠੇ ਸੋ ਕੋਈ ਗੱਲ ਨਹੀਂ ਯਾਰ ਅਸੀਂ ਆਉਣ ਵਾਲੀਆਂ ਨਸਲਾਂ ਦੇ ਲਈ ਇੱਥੇ ਲੜ ਰਹੇ ਹਾਂ ਉਹਨਾਂ ਨੂੰ ਬਚਾਉਣ ਲਈ ਲੜ ਰਹੇ ਹਾਂ ਕੋਈ ਕਿੱਡੀ ਗੱਲ ਆ ਫਿਰ ਮਰ ਵੀ ਜਾਵਾਂ ਕਿਤਾ ਯਾਰ 90% ਤਾਂ ਆਪਾਂ ਜਿੱਤ ਕੋਈ ਬਾਕੀ ਮੈਂ ਹੋਰ ਦੱਸਦਾ 90 ਨਹੀਂ ਬਾਈ ਆਪਾਂ 100 ਜਿੱਤੀ ਬੈਠੇ ਬੈਠੇ ਬਾਈ ਬਣਿਆ ਪਿਆ ਖਾਣਾ ਦਾਣਾ ਭਾਂਡਿਆਂ 'ਚ ਪਾਉਣ ਦੀ ਲੋੜ ਹੈ ਕੋਈ ਗੱਲ ਨਹੀਂ ਇਹੋ ਜਿਹੀ ਮਰਨ ਮਰਾਉਣ ਵਾਲੀ ਬੇਫਿਕਰ ਰਹੋ ਦਿਮਾਗ ਦੇ ਵਿੱਚੋਂ ਗੱਲ ਕੱਢ ਦਿਓ ਦਿਲ ਦੇ ਵਿੱਚੋਂ ਇਹ ਬਹੁਤ ਤਰ੍ਹਾਂ ਦੀਆਂ ਅਫਵਾਹਾਂ ਮੀਡੀਆ ਰਾਹੀਂ ਸੋਸ਼ਲ ਮੀਡੀਆ ਰਾਹੀਂ ਇਹਨਾਂ ਦੇ ਬੰਦਿਆਂ ਰਾਹੀਂ ਇਹ ਅਫਵਾਹਾਂ ਫੈਲਾਈਆਂ ਜਾਣਗੀਆਂ ਫੌਜ ਲਾ ਕੇ ਹੋਏ ਘੇਰਾ ਹੋ ਗਿਆ ਹੋਏ ਘੇਰਾ ਹੋ ਗਿਆ ਇਹ ਕਰਨ ਦੇ ਕੋਈ ਗੱਲ ਨਹੀਂ ਤੁਹਾਨੂੰ ਮੈਂ ਦੱਸਦਾ ਗੱਲ ਇਸ ਸਮੇਂ ਮੋਦੀ ਸਰਕਾਰ ਦੇ ਗਲ ਦੀ ਹੱਡੀ ਬਣ ਗਿਆ ਅੰਦੋਲਨ ਜੇ ਕੋਈ ਵੀ 19-21 ਕਰਦੇ ਆ ਤਾਂ ਹਿਸਾਬ ਲਾ ਲਓ ਮੋਦੀ ਸਰਕਾਰ ਡਿੱਗ ਜਾਣੀ ਹੈ ਸੋਚ ਕੇ ਦੇਖੋ ਇਹ ਗੱਲ ਸੌਖਾ ਨਹੀਂ ਹੈਗਾ ਇਹ ਬਥੇਰੀਆਂ ਉਹਨਾਂ ਨੇ ਕੋਸ਼ਿਸ਼ ਕੀਤੀ ਤਾਰ ਪਿੰਡੋ ਕਰਨ ਦੀ ਇਕੱਲੇ ਪੰਜਾਬ ਵਾਲੇ ਆ ਗਏ ਜੀ ਤਾਂ ਇਕੱਲੇ ਪੰਜਾਬੀਆਂ ਦਾ ਜੀ ਇਹ ਤਾਂ ਫਲਾਨੇ ਆ ਗਏ ਇਹ ਤਾਂ ਫਲਾਨੇ ਆ ਗਏ ਤੈਨੂੰ ਫੰਡ ਚੀਨ ਤੋਂ ਆਉਂਦਾ ਧਮਕੇ ਆ ਗਏ ਉਹੀ ਜੀ ਨਿਊਜ਼ ਚੈਨਲ ਆ ਜਿਹੜਾ ਕਹਿੰਦਾ ਸੀ ਧਮਕੇ ਆ ਗਏ ਫਲਾਨੇ ਆ ਗਏ ਵੱਖਵਾਦੀ ਆ ਗਏ ਅੱਤਵਾਦੀ ਆ ਗਏ ਪਾਕਿਸਤਾਨੀ ਆ ਗਏ ਉਹੀ ਕਹਿ ਰਿਹਾ ਕੱਲ੍ਹ ਦੀ ਉਹਦੀ ਰਿਪੋਰਟ ਸੁਣ ਲਓ ਕਹਿ ਰਿਹਾ ਕਿ ਬਹੁਤ ਵਧੀਆ ਅੰਦੋਲਨ ਆ ਜੀ ਪਹਿਲੀ ਵਾਰ ਇਹੋ ਜਿਹਾ ਅੰਦੋਲਨ ਹੋ ਰਿਹਾ ਹੋਰ ਅੰਦੋਲਨਕਾਰੀਆਂ ਨੂੰ ਇਹਨਾਂ ਤੋਂ ਸਿੱਖਣ ਦੀ ਲੋੜ ਹੈ ਕਿ ਸਫਾਈਆਂ ਵੀ ਆਪ ਕਰਦੇ ਨੇ ਮੈਂ ਕਹਿੰਦਾ ਵੱਖਰੇ ਕਿਸਮ ਦਾ ਵੱਖਰੀ ਕਿਸਮ ਦਾ ਇੱਕ ਇਤਿਹਾਸ ਸਿਰਜਦਾ ਹੈ ਲੋਕ ਪਤਾ ਨਹੀਂ ਕਿਹੜੀ ਮੈਂ ਕਹਿੰਦਾ ਯਾਰ ਹੈਰਾਨੀਆਂ ਗੀਜਰਾਂ ਦੇ ਲੰਗਰ ਲੱਗੇ ਪਏ ਆ ਆਂਡਿਆਂ ਦੇ ਲੰਗਰ ਆ ਸਿਲੰਡਰਾਂ ਫਰੂਟੀਆਂ ਦੇ ਸਿਲੰਡਰਾਂ ਦੇ ਕੱਪੜੇ ਧੋਣ ਦੇ ਕੱਪ ਹਾਂ ਇੱਕ ਬਾਈ ਉੱਥੇ ਬਾਪੂ ਕੱਪੜੇ ਧੋਣ ਵਾਲੀ ਮਸ਼ੀਨ ਲੈ ਲਈ ਉਹਨੇ ਨਵੀਂ ਆ ਕੇ ਇੱਥੇ ਤੇ ਆਪ ਲੋਕਾਂ ਨੇ ਕੱਪੜੇ ਧੋ ਕੇ ਦੇ ਰਿਹਾ 1 ਲੱਖ ਸਰਪੰਚ ਆ ਪਿੰਡ ਦਾ ਸਰਪੰਚ ਆ 1 ਲੱਖ ਬੰਦੇ ਦੀ ਰੋਟੀ ਪਕਾਉਂਦੇ ਆ ਮਸ਼ੀਨ ਪਟਿਆਲੇ ਤੋਂ ਲੈ ਕੇ ਆਏ ਬਾਈ ਉੱਥੇ ਬਾਈ ਉਹ ਫਤਿਹਗੜ੍ਹ ਤੋਂ ਮਸ਼ੀਨਾਂ ਵੀ ਆ ਰਹੀਆਂ ਹਾਂ 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 ਕੁੱਤਾ ਕਿਹਦੇ ਦਾ ਕੁੱਤਾ ਉਹ ਦਿੱਲੀ ਦੇ ਕੁੱਤੇ ਵੀ ਨਾਲ ਖੜ ਗਏ ਆ ਪਿਆ ਮੋਦੀਆਂ ਉਹ ਸੁੱਤਾ ਪਿਆ ਥੱਲੇ ਆ ਪਿਆ ਇੱਕੋ ਤਿੰਨੇ ਪਾਰਟੀਆਂ ਮੁੱਲਾਪੁਰ ਲੱਗ ਕੇ ਸਾਡੇ ਨਾਲ ਗਿੱਦੜਦੇ ਆ ਇੱਕ ਤਿੰਨੇ ਬਾਰਡਰ ਕਹਿੰਦਾ ਜੀ ਬਾਈ 1 ਮਿੰਟ ਬਾਰਡਰ ਬਾਰੇ ਦੱਸ ਦੇ ਬਾਈ ਇਹ ਗੱਲ ਮੇਰੀ ਸੁਣ ਲਓ ਉਹ ਸੁਣ ਲੈ ਬਾਈ ਬਣੇ ਖੜ ਜਾ ਚੁੱਪ ਜਿੱਤੀ ਬੈਠੇ ਆ ਤੁਹਾਡੇ ਮੂਹਰੇ ਹੱਥ ਬੰਨ ਕੇ ਗੁਜ਼ਾਰਿਸ਼ ਕਰਦੇ ਆ ਸਮਾਂ ਬਾਰ ਬਾਰ ਮੌਕਾ ਨਹੀਂ ਦਿੰਦਾ ਕੁਦਰਤ ਬਾਰ ਬਾਰ ਮੌਕਾ ਨਹੀਂ ਦਿੰਦੀ ਰੱਬ ਨੇ ਉਹ ਪ੍ਰਮਾਤਮਾ ਵਾਹਿਗੁਰੂ ਨੇ ਸਾਡੇ ਕੋਲੇ ਬਹੁਤ ਸੋਹਣਾ ਮੌਕਾ ਦਿੱਤਾ ਇਸ ਇਤਿਹਾਸਕ ਜੰਗ ਦਾ ਹਿੱਸਾ ਬਣਨ ਦੇ ਲਈ ਅਸੀਂ ਖੁਸ਼ਕਿਸਮਤ ਅਸੀਂ ਭਾਗਾਂ ਵਾਲੇ ਆ ਕਿ ਅਸੀਂ ਉਸ ਸਮੇਂ ਧਰਤੀ ਦੇ ਉੱਤੇ ਆ ਜਦੋਂ ਪੰਜਾਬ ਇਹ ਕੌਮ ਇੱਕ ਨਵਾਂ ਇਤਿਹਾਸ ਸਿਰਜੂਗੀ ਇੱਕ ਨਵਾਂ ਇਤਿਹਾਸ ਲਿਖੂਗੀ ਜਿਹੜਾ ਆਉਣ ਵਾਲੀਆਂ ਨਸਲਾਂ ਆਉਣ ਵਾਲੀਆਂ ਪੀੜ੍ਹੀਆਂ ਇਸ ਮੁਲਕ ਦੀਆਂ ਨਹੀਂ ਪੂਰੀ ਦੁਨੀਆਂ ਦੀਆਂ ਪੀੜ੍ਹੀਆਂ ਪੜਿਆ ਕਰ ਰਹੀਆਂ ਕਿ ਕਿਸੇ ਸਮੇਂ ਵੀ ਇਹਨਾਂ ਲੋਕਾਂ ਨੇ ਇਤਿਹਾਸ ਲਿਖਿਆ ਸੀ ਇਹਨਾਂ ਲੋਕਾਂ ਨੇ ਇਤਿਹਾਸ ਸਿਰਜਿਆ ਸੀ ਮੇਰਾ ਵੀਰਾ ਇਸ ਗੱਲੋਂ ਜਿਹੜੇ ਹੁਣ ਬੈਠੇ ਨੇ ਆ ਜਾਓ ਭਰਾ ਵੰਡ ਕੇ ਹੁਣ ਦੱਬੀ ਤੁਰਿਆ ਟਰੈਕਟਰ ਟਰਾਲੀਆਂ ਭਰ ਕੇ ਜਿੰਨੇ ਵੀ ਬੈਠੇ ਹੋ ਪਿੰਡਾਂ ਦੇ ਵਿੱਚ ਬਾਹਰਲਿਆਂ ਨੂੰ ਵਾਰ ਵਾਰ ਬੇਨਤੀ ਕਰਦਾ ਆਪਣੇ ਪਿੰਡਾਂ 'ਚ ਫੰਡ ਦਿਓ ਜਿਹੜੇ ਵਿਚਾਰੇ ਦਲਿਤ ਭਰਾ ਨੇ ਸਾਡੇ ਗਰੀਬ ਭਰਾ ਨੇ ਆ ਨਹੀਂ ਸਕਦੇ ਸਾਧਨ ਨਹੀਂ ਉਹਨਾਂ ਕੋਲ ਕਹੋ ਉਹਨਾਂ ਨੂੰ ਟਰੈਕਟਰ ਟਰਾਲੀਆਂ ਨੇ ਮਹੱਈਆ ਕਰਾ ਕੇ ਦਿਓ ਉਹ ਵੀ ਇੱਥੇ ਆ ਸਕਣ ਇੱਕ ਤਿੰਨੇ ਬਾਰਡਰ ਉਹ ਉਹਦੇ ਬਾਰੇ ਇੱਥੇ ਇਹੋ ਜਿਹਾ ਜਲਾਓ ਆ ਇੱਥੇ ਆ ਕੇ ਪਤਾ ਲੱਗਦਾ ਚਿਹਰਿਆਂ ਤੇ ਇੰਨਾ ਨੂਰ ਤੇ ਇੰਨਾ ਜਲਾਓ ਇਹ ਤੱਕਦੇ ਚਿਹਰੇ ਤੋਂ ਨੌਜਵਾਨਾਂ ਦੇ ਹਰ ਇੱਕ ਬੰਦੇ ਦੇ ਦਿਲੋਂ ਇੱਕੋ ਹੀ ਹੋ ਕੇ ਇੱਕੋ ਹੀ ਆਵਾਜ਼ ਨਿਕਲਦੀ ਹੈ ਕਿ ਜਿੱਤ ਕੇ ਜਾਵਾਂਗੇ ਜਿੱਤ ਕੇ ਜਾਵਾਂਗੇ ਜਿੱਤਾਂਗੇ ਜਿੱਤ ਕੇ ਜਾਵਾਂਗੇ ਹਾਂ ਜਿੱਤੇ ਬੈਠੇ ਆ ਐਲਾਨ ਹੋਣਾ ਬਾਕੀ ਹੈ ਬਸ ਅਗਲੀ ਗੱਲ ਦੂਜੀ ਗੱਲ ਮੇਰੀ ਸੁਣ ਲਓ ਹੁਣ ਮੌਕਾ ਜਿਹੜੀਆਂ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਵੱਡੀਆਂ ਧਿਰਾਂ ਆਪਾਂ ਮੰਨ ਲਈਏ 3-4 ਹੈਗੀਆਂ ਨੇ ਬਾਦਲ ਹੈ ਕਾਂਗਰਸ ਹੈ ਝਾੜੂ ਵਾਲੇ ਆ ਕਦੀ ਹੋਰ ਹੋਣੀ ਹੈ ਹੁਣ ਤੁਹਾਡੇ ਕੋਲ ਮੌਕਾ 6 ਰਾਹ ਪੈਂਦੇ ਆ ਵੱਡੇ ਦਿੱਲੀ ਦੇ ਵੱਡੇ ਜਿਹੜੇ ਹਾਈਵੇ 6 ਆ 6 ਸੜਕਾਂ ਨੇ 6 ਦੇ ਵਿੱਚ 3 ਪੂਰਨ ਤੌਰ 'ਤੇ ਰੁਕੀਆਂ ਹੋਈਆਂ ਨੇ ਉਧਰੋਂ ਟਿੱਕਰੀ ਵਾਲਾ ਕੁੰਡਲੀ ਵਾਲਾ ਗਾਜ਼ੀਆਬਾਦ ਵਾਲਾ 3 ਰਹਿੰਦੇ ਨੇ ਹਲੇ ਤੁਹਾਨੂੰ ਮੌਕਾ ਭਰਾਵੋ ਬਾਦਲ ਵਾਲਿਆਂ ਨੂੰ ਕਹਿੰਦੇ ਆ ਵੀ ਇੱਕ ਰਾਹ ਤੁਸੀਂ ਰੋਕ ਲਓ ਆ ਕੇ ਲਿਓ ਆਪਦੇ ਜਿਹੜੇ ਲੈ ਕੇ ਉਹ ਡਰਾਮੇ ਜੇ ਕਰਦੇ ਨਾ ਲੈ ਕੇ ਟਰੈਕਟਰ ਜੀ ਚੰਡੀਗੜ੍ਹ ਜਾਂਦੇ ਹਾਂ ਜੀ ਫਲਾਣੇ ਦਾ ਘਰੋਂ ਆਪ ਹੀ ਗ੍ਰਿਫਤਾਰੀ ਦੇ ਕੇ ਤੇ ਆਪ ਹੀ ਡਰਾਮਾ ਜਿਹਾ ਕਰਕੇ ਮੁੜ ਗਏ ਸੀ ਆ ਜਾਓ ਤੁਹਾਨੂੰ ਅਸੀਂ ਆਹ ਆਫਰ ਦਿੰਦੇ ਹਾਂ ਵੀ ਆਓ ਇੱਕ ਰਾਹ ਤੁਹਾਨੂੰ ਦੱਸਦੇ ਹਾਂ ਕਿਹੜਾ ਰੱਖਣਾ ਉੱਥੇ ਆ ਕੇ ਆਪਣੀ ਸਾਰੀ ਟੀਮ ਲਿਆ ਕੇ ਬੈਠੋ ਤੁਹਾਡਾ ਪਤਾ ਲੱਗ ਜੂਗਾ ਵੀ ਹਾਂ ਵਾਕਈ ਤੁਸੀਂ ਦਰਦੀ ਹੋ ਪੰਜਾਬ ਦੇ ਕਾਂਗਰਸ ਵਾਲਿਓ ਤੁਹਾਡੇ ਕੋਲ ਵੀ ਮੌਕਾ ਤੁਸੀਂ ਵੀ ਆ ਜਾਓ ਕਦੇ ਟਰੈਕਟਰ ਜਿਹਾ ਫੂਕ ਕੇ ਮੁੜ ਜਾਂਦੇ ਸੀਗੇ ਡਰਾਮਾ ਜਿਹਾ ਕਰਕੇ ਕਦੇ ਯੰਤਰ ਮੰਤਰ 'ਚ ਬਹਿ ਕੇ ਜੇ ਮੁੜ ਕੇ ਹੁਣ ਇੱਥੇ ਪਤਾ ਨਹੀਂ ਕਿਹਦਾ ਘਰ ਘੁਰ ਜਾ ਕੇ ਹਿਰਦੇ ਫਿਰਦੇ ਹੋ ਉਹਨਾਂ ਗੱਲਾਂ 'ਚ ਕੋਈ ਤੰਤ ਨਹੀਂ ਇੱਧਰ ਯਾਰ ਕੀ ਕਰੀ ਜਾਂਦੇ ਹੋ ਉਹ ਕਰੇ ਉਹਨਾਂ ਗੱਲਾਂ 'ਚ ਕੋਈ ਤੰਤ ਨਹੀਂ ਇੱਕ ਰਾਹ ਤੁਸੀਂ ਰੋਕ ਤੇ ਤੀਜੇ ਰਹਿ ਗਏ ਬਾਈ ਝਾੜੂ ਵਾਲੇ ਤੁਹਾਡੇ ਕੋਲ ਵੀ ਮੌਕਾ ਹੈਗਾ ਆ ਜਾਓ ਬਾਈ
ਤੁਹਾਡਾ ਵੀ ਟਰੈਕਟਰ ਸਾਨੂੰ ਦਿਖਿਆ ਨਹੀਂ ਜਿੱਥੇ ਆਪਣਾ ਚੀਮਾ ਤੇ ਬੀਬਾ ਬਰਜਿੰਦਰ ਕੌਰ ਤੇ ਇੱਕ ਹੋਰ ਪਤਾ ਨਹੀਂ ਸਿੰਘ ਕਿਹੜਾ ਸੱਜਣ ਬੈਠਾ ਸੀ ਨਾਲ ਤੁਹਾਡੇ ਬਹੁਤ ਹੈ ਹਾਂ ਸਰਕਾਰ ਵੀ ਭਰਾਵੋ ਤੁਹਾਡੀ ਹੈ ਦਿੱਲੀ ਵਾਲੀ ਨਾਲ ਹੀ ਕੇਜਰੀਵਾਲ ਨੂੰ ਬਿਠਾਓ ਲਿਆ ਕੇ ਨਾਲ ਹੀ ਤੁਹਾਡੇ ਦਾ ਇੱਥੇ ਬਹੁਤ ਵੱਡਾ ਕਾਡਰ ਬੈਠਾ ਦਿੱਲੀ 'ਚ ਉਹਨਾਂ ਨੂੰ ਬਿਠਾਓ ਤੇ ਪੰਜਾਬ ਵਾਲੇ ਤੁਸੀਂ ਵੀ ਆ ਜਾਓ ਬਾਈ ਭਗਵੰਤ ਮਾਨ ਚੀਮਾ ਜਿੰਨੇ ਬਲਜਿੰਦਰ ਕੌਰ ਬੀਬਾ ਜਿੰਨੇ ਤੁਸੀਂ ਵੀ ਹੈਗੇ ਇੱਕ ਰਾਹ ਤੁਸੀਂ ਰੋਕ ਲਓ ਤਿੰਨ ਇਹ ਜਥੇਬੰਦੀਆਂ ਨੇ ਰੋਕੇ ਹੋਇਆ ਤਿੰਨ ਤੁਹਾਡੀ ਜ਼ਿੰਮੇਵਾਰੀ ਹੈ ਹੁਣ ਪਤਾ ਲੱਗ ਜੂ ਕੀ ਭਾਅ ਵਿਕਦੀ ਹੈ ਹੈ ਆਉਨੇ ਹੋ ਕੱਲੇ ਉਥੋਂ ਬਿਆਨ ਜਾਂ ਦਾਗ ਛੱਡਦੇ ਆ ਕਿਸਾਨਾਂ ਵਾਲੇ ਨਾਲ ਆ ਕਿਸਾਨਾਂ ਦੇ ਨਾਲ ਨਾਲੇ ਪੁਰਾਣੇ ਪਾਪ ਧੋਤੇ ਜਾਣਗੇ ਬਾਈ ਇੱਕ ਕਹਿੰਦਾ ਵੀਰ ਕਹਿੰਦਾ ਵੀ ਗਾਜ਼ੀਆਬਾਦ ਵਾਲੇ ਬਾਰਡਰ ਤੇ ਲੰਗਰ ਦੀ ਕਮੀ ਆ ਹਾਂ ਭਾਈ ਇਹ ਵੀ ਬੇਨਤੀ ਸੁਣ ਲਓ ਜਿਹੜੇ ਮੇਰੇ ਭਰਾ ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ ਆਮ ਹੋਇਆ ਪਿਆ ਆਮੋ ਆਮ ਅੱਧੀ ਦਿੱਲੀ ਖਾ ਕੇ ਜਾਂਦੀ ਆ ਬਾਈ ਅੱਧੀ ਦਿੱਲੀ ਅੱਧੀ ਦਿੱਲੀ ਬਦਾਮਾਂ ਨੂੰ ਨੱਕ ਮੋੜਤਾ ਕੱਲ ਲੰਗਰ ਲਾ ਕੇ ਇੱਥੇ 30 ਕੁਇੰਟਲ ਬਦਾਮਾਂ 'ਚ ਹੋਰ ਆਏ ਪਏ ਆ ਆਟਾ ਕਿੰਨਾ ਚੁਕਾਇਆ ਜੀ ਤੇ ਮੈਂ ਬੇਨਤੀ ਕਰਦਾ ਭਰਾਵਾਂ ਨੂੰ ਟਿੱਕਰੀ ਤੇ ਕੁੰਡਲੀ ਤੇ ਕੋਈ ਕਮੀ ਨਹੀਂ ਹੈਗੀ ਲੰਗਰ ਕਿਸੇ ਚੀਜ਼ ਦੀ ਗਾਜ਼ੀਆਬਾਦ ਵਾਲੇ ਪਾਸੇ ਕਮੀ ਹੈਗੀ ਆ ਮੇਰੇ ਭਰਾਵਾਂ ਨੂੰ ਬੇਨਤੀ ਕਰਦਾ ਜਿਹੜੇ ਕਹਿੰਦੇ ਬਾਈ ਕਿੱਥੇ ਆ ਕੇ ਗਾਜ਼ੀਆਬਾਦ ਵਾਲੇ ਪਾਸੇ ਉੱਧਰ ਜਿਹੜਾ ਦੂਜਾ ਪੈ ਜਾਂਦਾ ਯੂਪੀ ਵਾਲੇ ਪਾਸੋਂ ਬਾਰਡਰ ਪੈਂਦਾ ਦਿੱਲੀ ਨੂੰ ਉੱਥੇ ਹਲੇ ਕਮੀ ਹੈਗੀ ਆ ਉੱਥੇ ਮੇਰਾ ਵੀਰ ਲੰਗਰ ਲਾਓ ਠੀਕ ਆ ਤੇ ਬੇਨਤੀ ਨਾਲੇ ਯੋਧੇ ਉਹਨਾਂ ਦੇ ਅਸੀਂ ਖੂਨ ਹੈ ਉਹਨਾਂ ਦੇ ਅਸੀਂ ਵਾਰਸ ਹਾਂ ਤੇ ਅੱਜ ਸਾਡੇ ਪਰਖ ਦੀ ਘੜੀ ਹੈ ਇਮਤਿਹਾਨ ਦੀ ਘੜੀ ਹੈ ਅਸੀਂ ਇਸ ਇਮਤਿਹਾਨ ਦੀ ਘੜੀ ਦੇ ਵਿੱਚੋਂ ਪਾਸ ਹੋ ਕੇ ਨਿਕਲਣਾ ਦੂਜੀ ਗੱਲ ਇੱਕ ਹੋਰ ਰਹਿ ਗਈ ਉਹ ਇਹ ਆ ਕਿ ਮੇਰਾ ਵੀਰ ਇੱਥੇ ਜਿੰਨੇ ਆਪਣੇ ਮੋਰਚੇ ਦੇ ਉੱਤੇ ਬੈਠੇ ਹੋਏ ਭਰਾ ਨੇ ਸਾਰਿਆਂ ਨੂੰ ਬੇਨਤੀ ਇਹ ਕਰਦੇ ਆ ਕਿ ਸਬਰ ਤੋਂ ਕੰਮ ਲੈ ਨੱਕ 'ਚ ਸਾਹ ਲਿਆਦਾ ਸੀਗਾ ਕੱਲ੍ਹ ਬੈਠਿਆਂ ਨੇ ਬੋਲੇ ਨਹੀਂ 20 ਮਿੰਟ ਵੀ ਹਾਂ ਜਾਂ ਨਾ ਕਰੋ ਨਾ ਕਰ ਦਿਓ ਜੀ ਉੱਠ ਕੇ ਜਿਹਨੇ ਉਹ ਨਾ ਕਰਨ ਦੀ ਹਿੰਮਤ ਨਹੀਂ ਹੋ ਰਹੀ ਤੁਸੀਂ ਇਹ ਦੇਖੋ ਜੇ ਉਹ ਇੰਨੀ ਗੱਲਬਾਤ ਹੁੰਦੀ ਤਾਂ ਉਹ ਕਹਿੰਦੇ ਚਲੋ ਭੱਜੋ ਅਸੀਂ ਨਹੀਂ ਕਰਦੇ ਜਾਂ ਉਹ ਕਰਦੇ ਹੋ ਕੀ ਕਰਦੇ ਆ ਜਦੋਂ ਆਪਣੀ ਜਥੇਬੰਦੀਆਂ ਨੇ ਕਹਿੰਦਾ ਸੀ ਬਈ ਆਹ ਲਓ ਆਹ ਵਰਕੇ ਤੇ ਲਿਖ ਕੇ ਦੇ ਤਾ ਹਾਂ ਜਾਂ ਨਾ ਕਰ ਜਾਓ 20 ਮਿੰਟ ਆਪਣੇ ਨਾਲ ਐਂ ਬਹਿ ਗਏ ਬੋਲੇ ਨਹੀਂ ਬੁਲਾਉਂਦੇ ਥੱਕ ਗਏ ਉਹ ਬੋਲਤਾ ਪਓ ਕਹੇ ਨਾ ਹਾਂ ਜਾਂ ਨਾ ਕਰੋ ਫਿਰ 20 ਮਿੰਟ ਟਾਈਮ ਲੈ ਕੇ ਮਗਰ ਪਾ ਕੇ ਕੈਬਨਿਟ 'ਚ ਉੱਥੋਂ ਕਹਿੰਦੇ ਕੋਈ ਗੱਲ ਨਹੀਂ 1 ਤਰੀਕ ਸਾਨੂੰ ਦੇ ਦਿਓ ਤੁਹਾਡਾ ਫੈਸਲਾ ਹੋਇਆ ਪਿਆ ਯਾਰ ਹੋਇਆ ਪਿਆ ਮੇਰਾ ਵੀਰ ਇੱਥੇ ਹੁਣ ਸਾਨੂੰ ਵੱਡੀ ਗਿਣਤੀ ਵਧਾਉਣ ਦੀ ਲੋੜ ਇੱਕ ਤਬਾਹ ਹੋਰ ਜ਼ਿਆਦੇ ਰਾਤ ਬਹੁਤ ਵੱਡੀ ਗਿਣਤੀ 'ਚ ਲੋਕ ਆਏ ਨੇ ਟਰੈਕਟਰ ਟਰਾਲੀਆਂ ਲੈ ਕੇ ਗੱਡੀਆਂ ਲੈ ਕੇ ਮੈਂ ਬੇਨਤੀ ਕਰਦਾ ਜ਼ਿਆਦਾ ਤੁਸੀਂ ਲੈ ਕੇ ਆਓ ਟਰੈਕਟਰ ਟਰਾਲੀ ਕਿਉਂਕਿ ਪੈਣ ਦਾ ਇੱਥੇ ਥੋੜ੍ਹਾ ਜਿਹਾ ਮੁਸ਼ਕਲ ਹੁੰਦਾ ਬਾਕੀ ਦਾ ਬਾਈ ਗੀਜਰ ਆ ਗਏ ਹੁਣ ਦੂਜੇ ਉਹ ਜਿਹੜੇ ਪਾਥੀਆਂ ਪਾ ਕੇ ਲੱਕੜਾਂ ਪਾ ਕੇ ਕਰਦੇ ਹੁੰਦੇ ਹਾਂ ਤੱਤਾ ਪਾਣੀ ਉਹ ਆ ਗਏ ਨਹਾਉਣ ਨੂੰ ਬਾਕੀ ਗਰਮੀ ਤਾਂ ਗਰਮੀ ਆਈ ਜਾਂਦੀ ਹੈ ਠੰਡ ਤਾਂ ਲੱਗਦੀ ਨਹੀਂ ਪ੍ਰਦੂਸ਼ਣ ਪਤਾ ਨਹੀਂ ਕੀ ਗੱਲ ਆ ਪ੍ਰਦੂਸ਼ਣ ਵੱਧਦਾ ਵੀ ਇੱਥੇ ਪ੍ਰਦੂਸ਼ਣ ਵੱਧਦਾ ਅੱਜ ਜੋਸ਼ ਵੀ ਆ ਨਾ ਇੱਕ ਗੱਡੀ ਕੱਲ੍ਹ ਇੱਥੇ ਦੇਖਿਆ ਮੈਂ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਸੀ ਵੀ ਐਡਨੋਕ ਗੋਲੀਆਂ ਉਹਨਾਂ ਦੇ ਉੱਤੇ ਲਿਖਿਆ ਹੋਇਆ ਸੀ ਵੀ ਐਡਨੋਕ ਗੋਲੀ ਫ੍ਰੀ ਮਿਲਦੀ ਆ ਵੀ ਇਹ ਵੀ ਸੁਚੇਤ ਕਰੋ ਉਹਨਾਂ ਨੂੰ ਪਤਾ ਨਹੀਂ ਉਹਦੇ ਵਿੱਚ ਕੀ ਹੋ ਸਕਦਾ ਜਾਂ ਕੀ ਨਹੀਂ ਹੋ ਸਕਦਾ ਆ ਬਾਈ ਨੇ ਦੱਸਿਆ ਐਡਨੋਕ ਦੀ ਗੋਲੀਆਂ ਇਹ ਬਣ ਰਹੀ ਆ ਉਹ ਕਹਿੰਦੇ ਫ੍ਰੀ ਦੇ ਰਿਹਾ ਪਤਾ ਨਹੀਂ ਕੀ ਚੀਜ਼ ਹੋ ਰਹੀ ਆ ਵੀ ਕੀ ਹੋ ਇਹਨਾਂ ਤੋਂ ਲੈ ਕੇ ਨਹੀਂ ਖਾਣੀ ਹਾਂ ਬਾਹਰਲੇ ਅਣਪਛਾਤੇ ਬੰਦੇ ਤੋਂ ਮੇਰਾ ਵੀਰ ਗੌਰ ਰੱਖਿਓ ਕੋਈ ਤੁਹਾਨੂੰ ਪਾਣੀ ਦਿੰਦਾ ਕੋਈ ਫਰੂਟੀਆਂ ਦਿੰਦਾ ਕੋਈ ਹੋਰ ਕੋਈ ਦਵਾਈ ਦਿੰਦਾ ਕੋਈ ਹੋਰ ਚੀਜ਼ ਦਿੰਦਾ ਲੈ ਕੇ ਨਹੀਂ ਕਿਸੇ ਬੰਦੇ ਤੋਂ ਖਾਣੀ ਆਪਣਾ ਆਪਦਿਆਂ ਦਾ ਬਥੇਰਾ ਸਮਾਨ ਹੈ ਕੁੱਲ ਚੀਜ਼ ਹੈ ਇੱਥੇ ਜਿਹੜੀ ਮਰਜ਼ੀ ਗੋਲੀ ਲੈ ਲਓ ਜਿਹੜਾ ਮਰਜ਼ੀ ਟੀਕਾ ਲਾ ਲਿਓ ਸਾਰਾ ਹੈਗਾ ਇੱਥੇ ਮੇਰਾ ਵੀਰੇ ਬੇਨਤੀ ਆ ਵੀ ਹੁਣ ਇਹ ਹੁਣ ਤਾਂ ਨਾ ਬਸ ਅਸੀਂ ਜੇ ਆਪੋ ਆਪਣੀ ਸਮਝ ਤੋਂ ਕੰਮ ਲੈ ਗਏ ਨਾ ਤੇ ਜ਼ਿੰਮੇਵਾਰੀ ਸਮਝ ਗਏ ਕਿ ਬਾਈ ਨਹੀਂ ਯਾਰ ਇਹ ਜਥੇਬੰਦੀ ਦਾ ਨਹੀਂ ਮੋਰਚਾ ਇਹ ਕਿਸੇ ਹੋਰ ਦਾ ਨਹੀਂ ਮੋਰਚਾ ਇਹ ਮੇਰਾ ਇੱਕੋ ਹੀ ਗੱਲ ਸਾਡੇ ਦਿਮਾਗ 'ਚ ਘੁੰਮਣੀ ਚਾਹੀਦੀ ਆ ਕਿ ਮੈਂ ਲੜ ਰਿਹਾ ਇਸ ਮੋਰਚੇ ਦੀ ਭਾਈ ਮੈਂ ਕਰ ਰਿਹਾ ਬਸ ਸਿਹਰਾ ਸਾਡੇ ਸਾਰੇ ਪੰਜਾਬ ਦੀ ਉਸ ਜਵਾਨੀ ਨੂੰ ਹੈ ਬਜ਼ੁਰਗਾਂ ਨੂੰ ਹੈ ਮਾਵਾਂ ਨੂੰ ਹੈ ਭੈਣਾਂ ਨੂੰ ਹੈ ਕੋਈ ਗੱਲ ਨਹੀਂ ਯਾਰ ਜੇ ਇੱਥੇ ਸਾਡਾ ਕੁਛ ਹੁੰਦਾ ਵੀ ਆ ਨਾ ਪਰ ਇੱਥੋਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਨਵੀਂ ਚੀਜ਼ ਪੈਦਾ ਹੋਣੀ ਹੈ ਨਵੀਂ ਚੀਜ਼ ਇਕੱਲੇ ਭਾਰਤ ਦੇ ਲਈ ਨਹੀਂ ਪੂਰੇ ਜਿਹੜਾ ਆ ਦੱਖਣੀ ਏਸ਼ੀਆ ਇਹਦੇ ਵਿੱਚ ਇੱਕ ਨਵੀਂ ਪਿਰਤ ਪਾ ਕੇ ਜਾਣਗੇ ਉਹਦਾ ਸਿਹਰਾ ਪੰਜਾਬੀ ਤੋਂ ਤੁਹਾਡੇ ਸਿਰ ਬੱਜ ਗਿਆ ਤੁਹਾਡੇ ਸਿਰ ਬੱਜ ਗਿਆ ਅਤੇ ਆਪਾਂ ਇਸ ਸਿਹਰੇ ਨੂੰ ਇਸ ਤਾਜ ਨੂੰ ਜਿਵੇਂ ਪਹਿਲਾਂ ਆਪਾਂ ਬੁਲੰਦੀਆਂ 'ਤੇ ਹੁੰਦੀ ਸੀ ਕੌਮ ਕਿ ਹਾਂ ਬਾਈ ਪੰਜਾਬੀ ਤਾਂ ਐਂ ਕਰ ਦਿੰਦੇ ਨੇ ਉਹ ਇਤਿਹਾਸ ਤੁਸੀਂ ਦੁਬਾਰੇ ਸਿਰ ਚੁੱਕ ਜਾਣਾ ਆ ਜਾਓ ਮੇਰਾ ਵੀਰ ਕੋਈ ਚੱਕਰ ਨਹੀਂ ਹੈਗਾ ਖੜੇ ਹਾਂ ਆਪਾਂ ਸਾਰੇ ਭਰਾ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਵਾਹਿਗੁਰੂ ਜੀ ਕਾ ਖਾਲਸਾ